ਸਵਾਗਤ ਹੈ ਤੁਹਾਡਾ ਤੁਹਾਡੇ ਹਰਮਨ ਪਿਆਰੇ ਚੈਨਲ ਲਾਈਫ ਆਫ ਦੀਪੂ ਵਿੱਚ। ਅੱਜ ਅਸੀਂ ਘਰ ਵਿੱਚ ਇੱਕ ਗੇਮ ਖੇਡਣ ਲੱਗੇ ਹਾਂ, ਜਿਸ ਗੇਮ ਦਾ ਕੀ ਨਾਮ ਆ? ਇਸ ਗੇਮ ਦਾ ਨਾਮ ਹੈਗਾ ਬਾਸਕਟਬਾਲ ਪੋਮ ਪੋਮ। ਬਾਸਕਟਬਾਲ ਪੋਮ ਪੋਮ, ਠੀਕ ਹੈ ਜੀ। ਇਹ ਬਹੁਤ ਇੰਟਰਸਟਿੰਗ ਗੇਮ ਆ। ਮੈਂ ਪਹਿਲਾਂ ਜਦੋਂ ਮੈਨੂੰ ਐਸ਼ਵਿਨ ਨੇ ਫਸਟ ਟਾਈਮ ਖੇਡਣ ਨੂੰ ਕਿਹਾ ਸੀ ਤਾਂ ਮੇਰਾ ਇੰਨਾ ਲੱਗਦਾ ਸੀ ਵੀ ਇੰਟਰਸਟਿੰਗ ਗੇਮ ਨਹੀਂ ਆ, ਪਰ ਮੈਨੂੰ ਨਹੀਂ ਸੀ ਪਤਾ ਇੰਨੀ ਇੰਟਰਸਟਿੰਗ ਗੇਮ ਨਿਕਲਣੀ ਆ, ਤਾਂ ਇਸ ਲਈ ਅਸੀਂ ਇਸ ਨੂੰ ਰੋਜ਼ ਖੇਡਣਾ ਸ਼ੁਰੂ ਕਰ ਦਿੱਤਾ। ਕੱਲ੍ਹ ਅਸੀਂ 2 ਟਾਈਮ ਖੇਡੇ ਸੀ ਇਹਨੂੰ ਅਤੇ ਬਹੁਤ ਇੰਜੋਏ ਕੀਤਾ ਸੀ, ਅਤੇ ਹੁਣ ਆਪਾਂ ਇਸ ਨੂੰ ਦੁਬਾਰਾ ਖੇਡਣ ਲੱਗੇ ਹਾਂ। ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਗੇਮ ਕਿਸ ਤਰ੍ਹਾਂ ਖੇਡੀ ਜਾਂਦੀ ਆ। ਅਤੇ ਇਹ ਹੈਗਾ ਸਾਡਾ ਸਨੋਈ, ਇਹ ਵੀ ਸਾਡੇ ਨਾਲ ਹੀ ਰਹਿੰਦਾ ਵਾ। ਅਤੇ ਹੋਰ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਕਿ ਆਪਾਂ ਇੱਕ ਚੀਜ਼ ਲੈ ਕੇ ਆਉਂਦੀ ਸੀ ਅੱਜ, ਅਤੇ ਉਹਦਾ ਵੀ ਤੁਹਾਨੂੰ ਦੱਸਦੇ ਹਾਂ। ਰਿਵਿਊ ਤਾਂ ਨਹੀਂ ਕਹਿ ਸਕਦੇ, ਪਰ ਦੱਸਦੇ ਹਾਂ ਵੀ ਇਹ ਚੀਜ਼ ਕਿੱਦਾਂ ਸਕੀਮ ਦੇ ਨਾਲ ਸਾਨੂੰ ਮਿਲ ਗਈ ਹੈ, ਹੁਣੇ ਤੁਹਾਨੂੰ ਚੈੱਕ ਕਰਾਉਂਦੇ ਹਾਂ। ਜਿਹੜੀ ਚੀਜ਼ ਦੀ ਮੈਂ ਗੱਲ ਕਰਨ ਜਾ ਰਿਹਾ ਸੀ ਉਹ ਆਵਲੀ ਚੀਜ਼ ਹੈ। ਮੈਨੂੰ ਅੱਜ ਘਰੋਂ ਭੇਜਿਆ ਗਿਆ ਸੀ ਕਿ ਡਾਬਰ ਆਮਲਾ ਹੇਅਰ ਓਇਲ ਲੈ ਕੇ ਆ, ਅਤੇ ਮੈਂ ਜਦੋਂ ਦੁਕਾਨ 'ਤੇ ਗਿਆ ਤਾਂ ਉਹਨਾਂ ਨੇ ਮੈਨੂੰ ਆਵਲਾ ਪੈਕੇਜ ਦਿੱਤਾ ਹੈ। ਦੇਖੋ ਇਹਦੇ ਨਾਲ ਪ੍ਰਾਈਸ ਬਿਲਕੁਲ ਇਨਕਰੀਜ਼ ਨਹੀਂ ਹੈ, ਉਹੀ ਹੈ 199। ਅਤੇ ਉਹਦੇ ਨਾਲ ਇੱਕ ਸ਼ੈਂਪੂ ਫ੍ਰੀ ਹੈ, ਸ਼ੈਂਪੂ ਵੀ ਹੈਗਾ ਡਾਬਰ ਆਮਲਾ ਕਿਡਸ ਸ਼ੈਂਪੂ। ਅਤੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਈ ਹੈ। ਮੈਂ ਥੋੜ੍ਹਾ ਖੋਲ੍ਹ ਕੇ ਤੁਹਾਨੂੰ ਦਿਖਾਉਂਦਾ, ਮੈਨੂੰ ਲੱਗਦਾ ਇਸ ਥੋੜ੍ਹਾ ਸੀਲ ਇਹਦੀ ਬੰਦ ਹੈ। ਐਸ਼ੂ ਦੂਸਰਾ ਦਿਖਾ, ਮੈਂ ਇੱਕ ਪੈਕਟ ਨਹੀਂ ਕਾਫੀ ਪੈਕਟ ਲੈ ਕੇ ਆਇਆ ਵਾਂ, ਐਟਲੀਸਟ 3 ਲੈ ਕੇ ਆਇਆ ਟੋਟਲ। ਇਹ ਡਾਬਰ ਆਮਲਾ ਸੇਮ ਟੂ ਸੇਮ ਨੰਬਰ 1 ਵਰਲਡ ਨੰਬਰ 1, ਪਤਾ ਨਹੀਂ ਇਹਨਾਂ ਦੇ ਅਕੋਰਡਿੰਗ ਤਾਂ ਹੈਗਾ, ਬਾਕੀ ਕੁਛ ਕਹਿ ਨਹੀਂ ਸਕਦੇ। ਅਤੇ ਆਹ ਜਿਹੜੇ ਸਾਨੂੰ ਫ੍ਰੀ ਮਿਲਿਆ, ਬਿਲਕੁਲ ਮਤਲਬ 150 ਰੁਪੀਸ ਦਾ ਸ਼ੈਂਪੂ, ਟੋਟਲੀ ਫ੍ਰੀ ਕਿਡਸ ਸ਼ੈਂਪੂ, ਠੀਕ ਹੈ ਜੀ। ਅੱਜ ਅਸੀਂ ਖੇਡਣ ਲੱਗੇ ਹਾਂ ਜੀ ਬਾਸਕਿਟਬਾਲ ਪੋਮ ਪੋਮ ਗੇਮ ਨੂੰ। ਇਹ ਇੱਕ ਤਰ੍ਹਾਂ ਦੀ ਬਾਸਕਿਟਸ ਨੇ ਜਿਨ੍ਹਾਂ ਵਿੱਚ ਬੋਲਸ ਨੂੰ ਪਾਉਣਾ ਹੁੰਦਾ, ਅਤੇ ਇਸ ਨੂੰ ਖੇਡਦੇ ਹਾਂ। ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਗੇਮ ਨੂੰ ਕਿਸ ਤਰ੍ਹਾਂ ਖੇਡਿਆ ਜਾਂਦਾ। ਮੈਂ ਹੋਰ ਕਹਿਣਾ ਚਾਹੁੰਦਾ, ਅੱਜ ਮੈਂ ਮਾਰਕੀਟ ਗਿਆ ਸੀ ਅਤੇ ਮਾਰਕੀਟ ਤੋਂ ਮੈਂ ਮੁਰੱਬੇ ਲੈ ਕੇ ਆਇਆ ਵਾਂ, ਇੱਕ ਗਾਜਰ ਦਾ ਅਤੇ ਇੱਕ ਸੇਬ ਦਾ। ਅਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਇਹ ਮਤਲਬ ਇਹਨਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ, ਅਤੇ ਕਹਿੰਦੇ ਬਹੁਤ ਵਧੀਆ ਵਾ, ਤੁਸੀਂ ਘਰ ਲੈ ਕੇ ਜਾਓ, ਬਹੁਤ ਜ਼ਿਆਦਾ ਟੇਸਟੀ ਨੇ। ਅਤੇ ਮੈਂ ਘਰ ਲੈ ਆਇਆ ਵਾਂ, ਅਤੇ ਜਦੋਂ ਉਹਨੂੰ ਖੋਲ੍ਹਿਆ, ਪਹਿਲਾਂ ਐਪਲ ਵਾਲੇ ਨੂੰ ਖੋਲ੍ਹਿਆ ਸੀ, ਅਤੇ ਉਹਨੂੰ ਜਦੋਂ ਪਲੇਟ 'ਚ ਪਾਇਆ ਤਾਂ ਦੇਖਣ ਨੂੰ ਇੰਨਾ ਸੋਹਣਾ ਲੱਗ ਰਿਹਾ ਸੀ ਨਾ, ਕਿ ਘਰ ਦੇ ਕਹਿੰਦੇ ਇਹ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ। ਮੈਂ ਉਹਨਾਂ ਨੂੰ ਕਿਹਾ ਇੱਕ ਵਾਰੀ ਇਹਨੂੰ ਖਾ ਕੇ ਵੀ ਤਾਂ ਦੇਖੋ, ਫਿਰ ਪਤਾ ਲੱਗੇਗਾ। ਪਰ ਜਦੋਂ ਉਹਨਾਂ ਨੇ ਖਾਧਾ ਤਾਂ ਫਿਰ ਉਹਦਾ ਜਿਹੜਾ ਟੇਸਟ ਸੀ ਨਾ, ਉਹ ਇੰਨਾ ਜ਼ਿਆਦਾ ਬੁਰਾ ਸੀ, ਮਤਲਬ ਉਹਦੇ ਵਿੱਚ ਪਤਾ ਨਹੀਂ ਕਿਹੜਾ ਤੇਲ ਮਿਕਸ ਹੋ ਗਿਆ ਹੋਇਆ ਸੀ, ਜਿਵੇਂ ਨਾ ਕਿਸੇ ਨੇ ਮਤਲਬ ਪਤਾ ਨਹੀਂ ਕਿਹੜਾ ਜਿਹੜਾ ਮਸ਼ੀਨ 'ਚ ਤੇਲ ਨਹੀਂ ਪਾਇਆ ਹੁੰਦਾ, ਸੇਮ ਟੂ ਸੇਮ ਉਹਦੇ ਵਰਗਾ ਟੇਸਟ ਆਇਆ। ਮਤਲਬ ਮੂੰਹ 'ਚ ਪਾ ਕੇ ਨਾ ਦਿਲ ਕਰਦਾ ਸੀ ਬੰਦਾ ਕੱਢ ਦੇ ਉਹਨੂੰ। ਅਤੇ ਇਸ ਲਈ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਦੇਖਣ ਨੂੰ ਸਹੀ ਲੱਗੇ ਉਹ ਜ਼ਰੂਰੀ ਇਹ ਨਹੀਂ ਹੁੰਦਾ ਕਿ ਉਹ ਚੀਜ਼ ਜਿਹੜੀ ਉਹ ਖਾਣ ਨੂੰ ਵੀ ਟੇਸਟੀ ਹੋਏਗੀ। ਇਸ ਲਈ ਪਹਿਲਾਂ ਚੀਜ਼ ਨੂੰ ਖਾਓ, ਟੈਸਟ ਕਰੋ, ਤਾਂ ਫਿਰ ਹੀ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਚਲੋ ਹੁਣ ਆਪਾਂ ਜਿਹੜੀ ਗੇਮ ਖੇਡਣ ਲੱਗੇ ਹਾਂ ਉਹਦੇ ਵੱਲ ਜਾਂਦੇ। ਕਿਸ ਤਰ੍ਹਾਂ ਖੇਡੀ ਜਾਂਦੀ ਹੈ ਇਸ ਗੇਮ ਵਿੱਚ? ਸਭ ਤੋਂ ਪਹਿਲਾਂ ਇੱਕ ਬਾਲ ਖਾਂਦੀਆਂ ਥੋੜੀਆਂ, ਕਾਫੀ ਸਾਰੇ ਆ। ਤੇ ਸਭ ਤੋਂ ਪਹਿਲਾਂ ਇਸ ਨੂੰ ਇਸ ਚੀਜ਼ ਤੇ ਰੱਖਣਾ ਹੁੰਦਾ ਤੇ ਇਹਨੂੰ ਪ੍ਰੈਸ ਕਰਨਾ ਹੁੰਦਾ ਹਲਕਾ ਜਿਹਾ। ਦੇਖੋ ਫਸਟ ਟ੍ਰਾਈ ਵਿੱਚ ਮੈਂ ਲਾ ਦਿੱਤੀ, ਟ੍ਰਾਈ ਕਦੇ ਇਦਾਂ ਨਹੀਂ ਹੁੰਦਾ ਪਹਿਲਾਂ, ਠੀਕ ਹੈ। ਤੇ ਆ ਬਾਲ ਆ ਤੇ ਇਹਦੇ ਮਤਲਬ ਜਿੰਨੇ ਪਹਿਲਾਂ ਪਾ ਦਿੱਤੀਆਂ ਤੇ ਉਹ ਜਿੱਜੇਗਾ ਫਿਰ, ਹੈਨਾ? ਹਾਂ, ਇਹ ਚ ਬਾਲ ਜਾਂਦੀ ਹੈ ਸੇਮ। ਤੇ ਇਹਦੇ ਵਿੱਚ ਦੂਜੀ ਗੇਮ ਵੀ ਹੈਗੀ ਇੱਕ ਆ ਵਾਲੀ, ਤੇ ਇੱਕ ਦੂਜੀ ਹੈ ਜਿਹੜੀ ਅਸੀਂ ਬਿਲਕੁਲ ਨਹੀਂ ਖੇਡਦੇ। ਬੇਟਾ ਇਹਦਾ ਸਟੈਂਡ ਨਹੀਂ ਲੱਗਾ ਰਹਿੰਦਾ, ਉਹ ਜਿਹੜਾ ਨਾਲ ਤੋਂ ਲਾਉਂਦੀ ਉਹ ਡਿੱਗ ਪੈਂਦਾ ਨਾ। ਮੁਸ਼ਕਿਲ ਵੀ ਬਹੁਤ ਹੈ, ਇਹਨੂੰ ਕੋਈ ਨਹੀਂ ਪਾ ਪਾਉਂਦਾ ਆ ਇੱਦਾਂ। ਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਅਸੀਂ ਕਿਉਂ ਨਹੀਂ ਖੇਡਦੇ, ਵੇਖਿਆ 2-3 ਟਰਨ ਵਿੱਚ ਨਾ ਆ ਵੇਖੋ ਡਿੱਗ ਗਿਆ ਨਾ ਇਹਦਾ। ਤੂੰ ਇਹਨੂੰ ਰਹਿਣ ਦੇ, ਜਿਹੜਾ ਦੂਸਰਾ ਨਾ ਦੂਸਰਾ ਉਹੀ ਲਗਾ, ਉਹ ਦੇਖਦੇ ਹਾਂ ਕੌਣ ਜਿੱਦਾ ਵਾ। ਇਸ ਨੂੰ ਲਗਾ ਤੋ, ਦੇਖੋ ਜੀ ਅਸੀਂ ਇਸ ਨੂੰ ਦੁਬਾਰਾ ਲਗਾ ਦਿੱਤਾ, ਤੇ ਹੁਣ ਅਸੀਂ ਇਸ ਗੇਮ ਨੂੰ ਸ਼ੁਰੂ ਕਰ ਰਹੇ ਹਾਂ। ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਗੇਮ ਨੂੰ ਕਿਸ ਤਰ੍ਹਾਂ ਖੇਡਿਆ ਜਾਂਦਾ ਹੈ। ਠੀਕ ਹੈ, ਤੇ ਪਹਿਲਾਂ ਪਾਪਾ ਦੀ ਹੈਗੀ ਹੈ ਪਿੰਕ, ਤੇ ਇਹਦੇ ਵਿੱਚ ਜਿਹੜੀ ਪਿੰਕ ਵਾਲੀ ਬੋਲ ਆ ਇੱਕ ਬੈਡ ਦੇ ਥੱਲੇ ਚੱਲਦੀ ਸੀ, ਤੇ ਇਸ ਲਈ ਇਹਦੇ ਵਿੱਚ ਇੱਕ ਘੱਟ ਵਾ, ਤੇ ਇਹਦੇ ਵਿੱਚ 7 ਹੈ, ਇਹਦੇ ਵਿੱਚ 6। ਤੇ ਫਿਰ ਇਸ ਇੱਕ ਬੋਲ ਨੂੰ ਅਸੀਂ ਨਹੀਂ ਖੇਡਾਂਗੇ ਕਿਉਂਕਿ ਬਰਾਬਰ ਦਾ ਹੋਣਾ ਚਾਹੀਦਾ। ਅਗਰ ਮੈਂ ਕੀ ਕਹਿੰਦੇ ਸਾਰੀ ਬੋਲਸ ਪਾ ਲਈ ਤਾਂ ਫਿਰ ਮੈਂ ਨੋਰਮਲੀ ਇਸ ਨੂੰ ਪਾਉਂਗੀ, ਤਾਂ ਚਲੋ। ਚਲੋ ਜੀ ਅਸੀਂ ਸ਼ੁਰੂ ਕਰਨ ਲੱਗੇ ਹਾਂ ਗੇਮ ਅਮਲੀ। ਯੈਸ, ਮੈਂ ਫਸਟ ਟਰਨ ਤੇ ਪਾ ਦਿੱਤੀ ਹੈ, ਮੈਂ ਫਸਟ ਟਰਨ ਚ ਪਾ ਦਿੱਤੀ, ਮੈਂ ਸੈਕਿੰਡ ਟਰਨ ਤੇ ਵੀ ਪਾ ਦਿੱਤੀ ਹੈ, ਮੈਂ ਇਹ ਪਾਈ, ਮੇਰੇ 2 ਪੈ ਚੁੱਕੀਆਂ ਨੇ। ਓ ਨੋ, ਓ ਮਾਈ ਗੋਡ, ਓ ਮਾਈ ਗੋਡ, ਮੇਰੇ ਚ ਪਾ ਦਿੱਤੀ, ਇਹ ਵੀ ਕਾਊਂਟ ਕੀਤੀ ਜਾਏਗੀ। ਓ ਮਾਈ ਗੋਡ,
और मेरी बहन भी नहीं दी। ओह नो, मैंने तुम्हें गेम खत्म करके, मेरे को वन हैंड ना गेम अच्छी से खेडी नहीं जा रही, मैं तुम्हें गेम खत्म करके दस दवा कि इस गेम च कौन जितया, प्लीज वेट करो। गाइस देखो मैं सारिया गीटियां पा दी ने, सारिया बॉल्स पा दी ने, यह हम रोल मार दी पी है, मेरिया पहले सारिया पै चुकी ने, तो मैं इस गेम का विनर हाँ। ठीक है जी, ये गेम जो मैं बहुत एक्सपर्ट हो चुका वहाँ, तो बहुत वधिया तरीके, मैं लगता मैं सारी गेम जीती, शायद ऐशमी ने कोई जीती नहीं मेरे ख्याल, कि जीती है एक अद्धी जीती बस, इको जीती है, सेकंड गेम है ओदा भी विनर मैं ही रहा वहां, ऐशमिन वो भी गेम हार चुकी है, नहीं 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 दोनों गेम्स दा विनर मैं ही हां। समझ नहीं आ रही कि असीं केड़ी मूवी देखिए, कल एक मूवी सी जिहड़ी इंग्लिश सी वह अपनी हाफ कंप्लीट हुई सी, शायद वही देखनी पेगी सानू, क्योंकि हिंदी मूवी कोई नवी आ नहीं रही, बहुत घट आ रही ने, बाकी थिएटर साढ़े जिहड़ा वा बटाले दा वह हले खुला नहीं है, तो वो करके असं थिएटर से तो मूवी हाले तक देख नहीं सकते, क्योंकि आप चल मेरा पुत टू हाले तक नहीं देखी, तो चल मेरा पुत थ्री ऑलरेडी 1 अक्तूबर आने वाली है, मैंने तो समझ नहीं आती भी कि इन्नी जल्दी जल्दी वो मूवीज़ किदा बना सकते हैं, पर मैं लगता कि चल मेरा पुत थ्री जी है वो इस जी चल मेरा पुत सीरीज़ है वो लास्ट मूवी होएगी, क्योंकि ट्रेलर में उन्होंने लास्ट में जो सीन दिखाए थे वो अमरिंदर गिल बिल्कुल बुढ़ा कर दिता, तो बाकी सारे करैक्टर भी बिल्कुल बुढ़े हो चुके हैं, तो मैं लगता कि वो उन्होंने भी जिनी की कपैसिटी से उन्होंने उसके अकॉर्डिंग 3 मूवीज़ बना दी ने, तो नैक्सट वो किसी होर कॉन्सैप्ट काम करेंगे, किसी होर नाम की मूवी बनाएंगे, बट स्टिल उन्होंने काफ़ी लोगों इंटरटेन किया, क्योंकि बहुत घट मूवीज़ अजक चल मतलब थिएटर लगदियाँ सी, जिड़ियाँ लगदियाँ से बिल्कुल नहीं सी चल रही, बट स्टिल चल मेरा पुत जदों की आई है उसने बिल्कुल हाउसफुल जड़े ने सारे शो गए हैं, तो हाले तक भी मैं लगता काफ़ी लोग उस मूवी लाइक कर रहे हैं, तो मैं लगता शायद इस तरह भी हो सकता कि किसी टाइम पर चल मेरा पुत टू तो चल मेरा पुत थ्री जी मूवी है वो इको टाइम पर भी थिएटर से चल सकती है, भी तुम एक मतलब सवेर का शो उसका देखिया वा सैकेंड पार्ट का, तो उस तो बाद जो थर्ड पार्ट आ उस ईवनिंग में देख रहे हो, तो कि मज़ा आता है उस मज़ा आएगा उस चीज़ को देख के, तो चलो कोई नहीं आप तो वेट कर रहे हैं बटाले जो थिएटर ने दोबारा खुलन, तो अभी दोबारा मूवीज़ सो ईजली मतलब अपने शहर से देखिए, तो मूवीज़ देख के फटाफट घर आ जाइए फिर आराम करिए, तो होप करता वा कि तुहानू ये वीडियो अच्छा लगे होएगा, तो इस वीडियो में मैं इत्थे खत्म करता वा, तो तुहानू किसे जल्दी नवे वीडियो मिलता वा, अगर मेरा वीडियो अच्छा लगे तो इस वीडियो लाइक करो, ज़्यादा अच्छा लगे तो चैनल सबसक्राइब कर लियो, बाय।